ਭਾਈਓ ਅੱਲਾ ਦੀ ਕਸਮ ਹੀ ਨੇ, ਆਹ ਜਿਹੜੀ ਕੁਲਖਾਨੀ ਹੈ, ਤੀਜਾ ਹੈ, ਸੱਤ ਹੈ, ਖਤਮ ਹੈ, ਚਲੀ ਸਵਾਹੇ, ਇਹ ਸਾਰੇ ਮੌਲਵੀਆਂ ਦੇ ਪਖੰਡ ਹੀ ਨੇ। ਇਸ ਦਾ ਦੀਨ ਨਾਲ ਕੋਈ ਤਾਲੁਕ ਮੈਂ ਤੁਹਾਡੀ ਨਫਸੀਆਤ ਸਮਝਣਾ। ਮੈਂ ਜਿਸ ਟਾਈਮ ਤਲੇ ਲੱਥਾਂ, ਕਈ ਬਜ਼ੁਰਗਾਂ ਨੇ ਮੇਰੇ ਦਿਲ ਵੇਖ ਕੇ ਅਤੇ ਮੱਥੇ 'ਤੇ ਵੱਟ ਚਾੜੇ ਨੇ, ਬਈਆ ਅੱਲਾ ਹੋਵੇ, ਪਟਿਆ ਪਹਾੜ 'ਤੇ ਨਿਕਲਿਆ ਵਿੱਚੋਂ ਨਿੱਕਾ ਜੀਆ ਚੋਂ। ਮੌਲਵੀ ਇਹ ਜਿਹਦੇ ਆਉਂਦੇ, ਮੌਲਵੀ ਉਹ ਆਉਂਦੇ ਨਾ, ਮਲੂਮ ਹੁੰਦਾ ਹੈ ਵੀ ਜਹਨਮ ਦਾ ਸੱਡਾ ਆਉਂਦਾ ਪਿਆ, ਉਹਦੇ ਵਾਸਤੇ ਕੁਰਸੀ ਨਹੀਂ ਰੱਖਣੀ ਪਾਉਂਦੀ, ਥੱਲੇ ਮੰਜਾ ਗਦਣਾ ਪਾਉਂਦਾ। ਮੌਲਵੀ ਦੇ ਅੱਗੇ ਪਿੱਛੇ ਦਾ ਪੱਤਾ, ਕੰਡ ਨੂੰ ਵੇਖੋ ਤਾਂ ਮਲੂਮ ਹੁੰਦਾ ਮੌਲਵੀ ਦਾ ਮੂੰਹ ਹੈ, ਜੇ ਮੂੰਹ ਵੇਖੋ ਤਾਂ ਮਲੂਮ ਹੁੰਦਾ ਮੌਲਵੀ ਦਾ ਪਿੱਛਾ ਹੈ, ਯਾਨੀ ਬਰਾਬਰ ਹੈ। ਭਾਈਓ ਇਹ ਸਿਰਫ ਅਸਾਂ ਖਾਵਣ ਦੇ ਬਹਾਨੇ ਬਣਾਏ ਦੇ, ਵਰਨਾ ਤੇਰਾ ਮੇਰਾ ਦਿੱਤੋਇਆ ਮੋਏ ਦੇ ਖਾਤੇ 'ਚ। ਕਿਉਂ ਬਾਈ, ਮੌਲਵੀ 'ਚ ਕੋਈ ਐਸਾ ਕਨੈਕਸ਼ਨ ਹੈ ਜੋ ਖਾਵੇ ਮੌਲਵੀ ਅਤੇ ਟ੍ਰਾਂਸਫਰ ਮੁਰਦੇ ਦੇ ਰੋਵੇ? ਕੋਈ ਹੈ ਐਸਾ ਕਨੈਕਸ਼ਨ? ਬੋਲੋ ਤਾਂ ਸਹੀ ਆ। ਇਹ ਰੇਵੜੀਆਂ, ਇਹ ਕੇਲੇ ਛੇਲੇ, ਸੇਬ ਔਰ ਦੁੱਧ ਗਿਲਾਸ ਵਗੈਰਾ, ਅਤੇ ਫਿਰ ਇਹ ਖਤਮ ਦੀਆਂ ਵੀ ਕਈ ਕਿਸਮਾਂ ਹੁੰਦੀਆਂ। ਗਰੀਬ ਦਾ ਹੋਵੇ ਨਾ ਤਾਂ ਮੌਲਵੀ ਆਦਾ ਉੱਥੋਂ ਗਵਾਡੂ ਕਹਿਣ ਨੂੰ ਮੁਸੱਲੀ ਨੂੰ ਸਾੜ ਕੇ ਪੜ੍ਹਾ ਲਓ, ਅਤੇ ਜਿੱਥੇ ਚੰਗਾ ਚੋਖਾ ਮਿਲ ਜਾਵੇ ਉਸ ਵੇਲੇ ਬਾਦਸ਼ਾਹ ਹਜ਼ਰਤ ਹੋਈ ਸਪੈਸ਼ਲਿਸਟ ਖੁਦ ਤਸ਼ਰੀਫ ਲੈ ਰਹੇ ਸੀ। ਅਗਲਿਆਂ ਨੂੰ ਵੀ ਤਸੱਲੀ ਹੁੰਦਾ ਬਈ ਇਹ ਬਾਘੁਰ ਆਪ ਆ ਗਿਆ, ਹੁਣ ਸਾਡਾ ਮੁਰਦਾ ਬਖਸ਼ੀ ਮੰਨ ਤਾਂ ਰਹਿ ਸਕਦਾ। ਉਹ ਕਰਮਾ ਲਿਓ, ਅੱਲਾ ਤੁਹਾਨੂੰ ਅਕਲ ਦਿੱਤਾ ਹੈ। ਮੌਲਵੀਆਂ ਨਾਲੋਂ ਮੈਂ ਸਮਝੇ ਨਾ ਜੱਟ ਜ਼ਿਆਦਾ ਸਿਆਣੇ ਹੁੰਦੇ, ਸਾਰੇ ਬੇਵਕੂਫ ਬੈਠੇ ਹੋ ਤਾਂ ਬੋਲੋ ਤਾਂ ਸਹੀ, ਕਰਮਾ ਲਿਓ, ਸਿਆਣੇ ਜ਼ਿਆਦਾ ਹੁੰਦੇ ਨੇ, ਇਹਨਾਂ ਨੂੰ ਭਰੀ ਪੰਚਾਇਤੀ ਜਬਾਣ ਵਾਲੇ ਲੋਕ ਹੁੰਦੇ ਨੇ, ਇਹਨਾਂ ਨੂੰ ਹਾਲਾਤ ਦਾ ਪਤਾ ਹੁੰਦਾ। ਅਸਾਂ ਮੌਲਵੀਆਂ ਤਾਂ ਸਿਰਫ ਮਸੀਤਾਂ ਹੀ ਤਰੋਲਣੀਆਂ ਆਉਂਦੀਆਂ, ਇਹਨਾਂ ਨੇ ਵਨ ਵਨ ਦੇ ਬੰਦੇ ਨਾਲ ਇਹਨਾਂ ਦਾ ਵਾਹ ਪਾਉਂਦਾ ਰਹਿ ਵੀਂਦਾ, ਇਹ ਜ਼ਿਆਦਾ ਸਮਝਦਾਰ ਹੁੰਦੇ। ਆਪਣੇ ਇਮਾਨ ਨਾਲ ਦੱਸੋ, ਜੇ ਤੇਰਾ ਮੇਰਾ ਇਹ ਦੁੱਧ ਖੀਰ ਅਤੇ ਹਲਵਾ, ਇੱਕ ਵਾਰੀ ਹਲਵਾ ਖੀਵੇ ਤਾਂ ਉਹ ਸਾਗੀ ਤਾਂ ਰੋਵੇਂ ਲੱਗ ਰਹੀ। ਇਹ ਹਲਵਾ ਜਿਹੜਾ ਹੈ ਇਹ ਅਗਰ ਮੁਰਦੇ ਦਿਨ ਵਹਿੰਦਾ ਤਾਂ ਯਕੀਨਨ ਕਬਰ ਅੱਠਵੇਂ ਦਿਨ ਪਾਰਟੀ ਜ਼ਰੂਰ ਪਈ ਹੋਵੇ। ਉਹ ਆਖਿਰ ਉਹ ਜੋ ਹਲਵਾ ਖਾਵਣਾ, ਦੁੱਧ ਪੀਵਣਾ, ਫਰੂਟ ਖਾਵਣਾ, ਤਾਂ ਉਸ ਮੋਟਾ ਵੀ ਤਾਂ ਹੋਣਾ ਕਿ ਨਹੀਂ ਹੋਣਾ? ਹੈ ਕਬਰ ਉੱਥਾਂ ਹੀ ਪਈ ਹੈ, ਉਹਨੂੰ ਕੁਝ ਨਹੀਂ ਹੋਇਆ। ਅਤੇ ਮੌਲਵੀ ਜੋ ਫੁੱਲਦਾ ਵਹਿੰਦਾ, ਤੇਰੀ ਮੱਤ ਮਾਰੀ ਵਹਿੰਦੀ, ਤੈਨੂੰ ਅਜੇ ਨਹੀਂ ਸਮਝ ਆਈ ਵੀ ਤੇਰਾ ਦਿੱਤ ਹੋਇਆ ਇਹੋ ਵਿਗਾੜ ਖਾਧੀ ਵਹਿੰਦਾ ਹੀ ਮੁਰਦੇ ਵਾਲੇ ਪਾਸੇ ਕਾਇਸ਼ਾ ਨਹੀਂ, ਮਗਰ ਵੱਤ ਵੀ ਦਿੱਤੀ ਖਲਾ। ਵੇਖੋ ਨਾ ਯਾਰ, ਇੱਕ ਵਿਚਾਰੇ ਦਾ ਪਿਓ ਮਰ ਗਿਆ, ਉੱਤੂ ਸੁੱਖ ਦੱਸਾ ਹੈ, ਹਰਾਮੀ ਮੁੱਲਾ ਨਹੀਂ ਲਵਣ ਦੇਦਾ। ਇਹ ਕਦੀ ਆਦਾ ਮੋਏ ਦਾ ਬਿਸਤਰਾ ਦਿਓ, ਮੰਜੀ ਦਿਓ, ਕੱਪੜੇ ਦਿਓ, ਦੁੱਖ ਦਿਓ, ਦਾਗਰ ਦਿਓ, ਲੋਟਾ ਦਿਓ, ਮੰਜੀ ਤੇ ਬਿਸਤਰਾ ਦਿਓ। ਕਿਉਂ ਬਈ, ਤੋ ਇੱਥੇ ਭੈਣ ਭਰਨਾਈ ਹੋਈ ਹੈ, ਹਰ ਸ਼ਾਇ ਜੀ ਇਹਦੇ ਕੋਲੋਂ ਲੈਂਦਾ ਹੈ। ਜਿਹੜਾ ਮਰ ਗਿਆ ਹੈ ਉਹਦਾ ਹੁਣ ਹਾਲ ਅਹਾਲ ਕਹਿੰਦੇ ਦਰਬਾਰ ਵਿੱਚ, ਉਹ ਜੇ ਚੰਗੀ ਹੈ ਤਾਂ ਤੇਰਾ ਪਿਓ ਵੀ ਨਹੀਂ ਰੋਕ ਸਕਦਾ, ਤੇ ਜੇ ਉਹ ਜੰਨਤ ਵਿੱਚ ਟੁਰ ਗਿਆ ਤੇਰੀ ਕਿੰਨੀ ਜਿਹੀ ਖੀਰ ਦੀ ਉਹਨੂੰ ਜ਼ਰੂਰਤ ਹੋਈ ਨਹੀਂ। ਮਰਨ ਵਾਲਾ ਜੰਨਤ ਦੇ ਫਰੂਟ ਖਾਂਦਾ ਪਿਆ, ਇਹ ਤੇਰੇ ਮੱਖੀਆਂ ਦੇ ਮਾਰੇ ਹੋ, ਤਰੱਕੇ ਹੋ, ਕੇਲਿਆਂ ਦੇ ਵੇਦਾ ਹੈ ਨਹੀਂ ਵੇਦਾ? ਇਸ ਵਾਸਤੇ ਜਿਹੜਾ ਮਰ ਗਿਆ ਹੈ ਉਹਦੇ ਹਾਲਾਤ ਹੁਣ ਜਾਣ ਵਾਲਾ ਕੌਣ? ਬੋਲੋ ਬਤਾ, ਇਹ ਜਿਹੜਾ ਤਰੀਕਾ ਸ਼ਰੀਅਤ ਨੇ ਦੱਸਿਆ, ਪਿਓ ਮਰ ਗਿਆ, ਬੀਵੀ ਮਰ ਗਈ, ਮਾਂ ਮਰ ਗਈ, ਕੋਈ ਵੀ ਮਰ ਗਿਆ, ਤਾਂ ਜਦੋਂ ਨਮਾਜ਼ ਪੜ੍ਹਦੇ ਹੋ
ਆਪਣੇ ਹੱਕ ਜਿੱਥੇ ਦੁਆ ਕਰਦੇ ਹੋ ਉਹਨਾਂ ਦੇ ਹੱਕ 'ਚ ਵੀ ਬੋਲੋ ਕਿ ਕਰੋ ਤਾਂ ਬੋਲੋ ਤਾਂ ਸਹੀ ਯਾਰ। ਇਹ ਸੱਚੂ ਕਿ ਮੌਲਵੀ ਨੂੰ ਇਹ ਗਾਢਾ ਇਸ ਵਾਸਤੇ ਵੱਧਦਾ ਦੁਆ ਨਾਲ ਬਖਸ਼ੀ ਬਣਾ ਮੇਰਾ ਅੰਦਰ ਭਰੋ ਤੇ ਇਹਦੀ ਜਹੰਨਮ ਵਾਲਾ ਗੜਾ ਐਸਾ ਹੈ ਜਿਹੜਾ ਮੋਢੂ ਫਰੀ ਵਾਲੇ 'ਚ ਆਉਂਦਾ ਹੈ। ਅੱਲਾਹ ਨਾਰਾਜ਼ ਤਾਂ ਨਹੀਂ ਹੁੰਦੇ ਪੈ ਉਹ ਮੈਂ ਵੀ ਯਾਰ ਬੰਨਾ ਤੁਟਾ ਮੌਲਵੀ ਸਮਝੋ ਮੈਂ ਇੰਜ ਸਮਝੋ ਆਪਣੇ ਖਿਲਾਫ਼ ਬੈਠਾ ਗੱਲ ਕਰ ਇਹ ਜਦੋਂ ਮੌਲਵੀ ਦੀ ਕੋਈ ਗੱਲ ਆਵੇ ਤੁਸੀਂ ਖੁਸ਼ ਵੱਡੇ ਹੁੰਦੇ ਹੋ ਮਲੂਮ ਹੁੰਦਾ ਵੀ ਅੰਦਰੋਂ ਅੰਦਰੋਂ ਤੁਹਾਨੂੰ ਵੀ ਅੰਦਰ ਸੜਿਆ ਬਲਿਆ ਵਾਲਾ ਹੈ ਇੰਜ ਨਾ ਹੁਣ ਨੇ ਕੋਈ ਹਾ ਜਾਂ ਨਾ ਕੀਤੀ ਕਿਦਾਂ ਤੁਹਾਡਾ ਇੱਥੋਂ ਮੌਕੇ ਦਾ ਮੌਲਵੀ ਵੇਚ ਤਾਂ ਨਹੀਂ ਬੈਠਾ ਡਰੇ ਬੈਠੇ ਹੋ ਇਹ ਬਾਹਰੋਂ ਤਕਲੀਫ ਸਾਰੇ ਤਾਂ ਨਹੀਂ ਨਾ ਮੁਕਤ ਦੀ ਠਰਦੇ ਇਮਾਮ ਤੇ ਕੋਈ ਨਾ ਕੋਈ ਰੋੜੇ ਅਟਕਾਉਣ ਵਾਲੇ ਵੀ ਤੇ ਵਿੱਚ ਆਉਂਦੇ ਹੈ। ਮੌਲਵੀਆਂ ਦੀ ਗੱਲ ਆਵੇ ਉਸ ਵੇਲੇ ਮੇਰਾ ਤਜਰਬਾ ਹੈ ਬਈ ਇਹ ਜ਼ਿਆਦਾਤਰ ਆਹ ਜਿਹੜੇ ਛਿੱਲੇ ਮੁੱਛੇ ਹੋਏ ਨੇ ਇਹ ਬੜੇ ਖੁਸ਼ ਹੁੰਦੇ ਬਈ ਠੀਕ ਹੁੰਦਾ ਔਰ ਤੁਸੀਂ ਆਪ ਵੀ ਇਹ ਹੁਣ ਮੈਂ ਅੱਜ ਤੁਹਾਡੀ ਖਿਦਮਤ 'ਚ ਹਾਜ਼ਰੀ ਹੋਈ ਹੈ ਮੈਂ ਆਪਣਾ ਵਕਤ ਗੁਜ਼ਾਰ ਕੇ ਚਲਾ ਪੈਣਾ ਤੁਹਾਡੇ ਸਰੂ ਵਾਲੇ ਦੇ ਵਿੱਚ ਫਿਰ ਤਬਸਰੇ ਸ਼ੁਰੂ ਹੋ ਗਈ ਸਨ ਯਾਰ ਮੌਲਵੀ ਵੱਡਾ ਸਖਤ ਹੈ ਯਾਰ ਕਿਦਾਂ ਵਹਾਬੀ ਤਾਂ ਨਾ ਹੈ ਯਾਰ ਇਹ ਪੀਰਾਂ ਫਕੀਰਾਂ ਦਾ ਕਿਦਾਂ ਮੁਨਕਰ ਮਲੂਮ ਹੁੰਦਾ ਕਈ ਤਬਸਰੇ ਹੋ ਸਨ ਫਿਰ ਜਿਸ ਟਾਈਮ ਤਬਸਰੇ ਖਤਮ ਹੋਣ ਲੱਗ ਸਨ ਬੁੱਢੜੇ ਉੱਠੀ ਵੇਣ ਲੱਗ ਸਨ ਉੱਠੀਣ ਦੀ ਬਾਤ ਸੀ ਬਾਕੀ ਆਪ ਸਨ ਅੱਛਾ ਵਕਤ ਇਹ ਮੌਲਵੀ ਬਖਸ਼ੀ ਗਏ ਤਾਂ ਅੱਸਾ ਹੀ ਯਾਨੀ ਇਹ ਤੁਹਾਨੂੰ ਪੱਕ ਆਉਂਦਾ ਹੈ ਮੌਲਵੀਆਂ ਬਖਸ਼ੀਣਾ ਇਹ ਉਹਨਾਂ ਦੀ ਬਖਸ਼ਿਸ਼ ਤੇ ਤੁਸੀਂ ਮੋਹਰ ਲੈਂਦੇ ਹੋ ਬਈ ਮੌਲਵੀ ਬਖਸ਼ੀ ਗਏ ਤਾਂ ਅਸਾਂ ਵੀ ਤਸੱਲੀ ਆਉਂਦੀ ਹੈ ਨਾ ਤੁਹਾਨੂੰ ਬਈ ਇੰਨਾ ਬਖਸ਼ੀ ਹੋਣਾ ਤੇ ਜੇ ਇਹ ਨਾ ਬਖਸ਼ੇ ਤਾਂ ਤੁਸੀਂ ਕਿਹਨੂੰ ਬਖਸ਼ੀਸੋ ਇਹ ਮਸ਼ਰੂਤ ਨਾ ਆਖਿਆ ਕਰੋ ਤੁਸੀਂ ਇੰਝ ਆਖਿਆ ਕਰੋ ਬਈ ਮੌਲਵੀਆਂ ਮੋਢੂ ਬਖਸ਼ੀ ਹੋਣਾ ਹੀ ਕੋਈ ਇਹ ਨਾ ਆਖਿਆ ਕਰੋ ਜੀ ਮੌਲਵੀ ਬਖਸ਼ੀ ਗਏ ਤਾਂ ਅਸਾਂ ਵੀ ਤੁਸੀਂ ਆਖਿਆ ਕਰੋ ਉਹ ਬਖਸ਼ੀ ਵੇਣ ਤੇ ਭਾਵੇਂ ਨਾ ਬਖਸ਼ੀ ਵੇਣ ਅਸਾਂ ਜ਼ਰੂਰ ਬਖਸ਼ੀ ਵੇਣਾ ਕਿਉਂਕਿ ਅਸਾਂ ਮੌਲਵੀਆਂ ਦੀ ਮੁਖਾਲਫਤ ਕਰਕੇ ਤੇ ਮੁਹੰਮਦ ਦੀ ਇੱਜ਼ਤ ਤੇ ਕਦਰ ਕਰ ਰਹੇ ਹਾਂ।